ਤੁਸੀਂ ਸਬਸਕ੍ਰਾਈਬ ਕਰੋ ਇਸ MH1 ਕੰਟੀਨੀ ਮੰਡੀਰ ਦੇ ਆਫੀਸ਼ੀਅਲ YouTube ਚੈਨਲ ਨੂੰ ਬੈਲ ਆਈਕਨ ਨੂੰ ਪ੍ਰੈਸ ਕਰਕੇ ਤੁਹਾਨੂੰ ਸਾਰੀਆਂ ਨੋਟੀਫਿਕੇਸ਼ਨਸ ਮਿਲ ਜਾ ਕਰਨਗੀਆਂ ਸੋ ਗੋ ਐਂਡ ਸਬਸਕ੍ਰਾਈਬ ਓ ਮੈਂਡੀ ਗੋਲੀ ਮਾਰ ਅੰਗਰੇਜ਼ੀ ਦੇ ਪੀਰੀਅਡ ਨੂੰ ਚੱਲ ਆ ਤੈਨੂੰ ਕੰਟੀਨੀ ਚਾਹ ਪਿਆਵਾਂ मंडीर दे विच अज मंडीर बहुत थोड़ी पर मंडीरियां बहुत है। सो कॉलेज का नाम है जी GHG ग्रुप ऑफ कॉलेज रायकोट। ते करदे आ गलबात। आओ जी, सत श्री अकाल जी। सत श्री अकाल जी। तुसी वर्दी नहीं पाई? परफॉर्म करना सी इसलिए नहीं पाई। अच्छा, परफॉर्म करना सी जी। ओके ओके ओके। की नाम थोड़ा? मेरा नाम खुशप्रीत कौर। केड़ा कोर्स है जी इथे खुशप्रीत कौर दा? BSc नर्सिंग सेकंड ईयर। प्लस 1 की कीता सी? नॉन मेडिकल। बत्ती बहुत है। ਤੁਸੀਂ ਜੋ ਮੈਂ ਸਵਾਲ ਪੁੱਛਣਾ ਜੀ ਤੁਸੀਂ ਉਧਰ ਜਵਾਬ ਦੇਣਾ। ਮੱਖੀਆਂ ਮੁੱਖੀਆਂ ਮੈਂ ਆਪੇ ਸੈਟ ਕਰ ਦੂੰਗਾ। ਮਾਈ ਪਲੇਜ਼ਰ। ਹਾਂਜੀ ਹਾਂਜੀ ਹਾਂਜੀ। ਪਤਾ ਕੀ ਚੱਕਰ ਜੀ, ਇੰਨੇ ਆ ਨਾ ਬੰਦੇ ਨੇ ਟੀਵੀ ਤੇ ਆਉਣਾ ਹੁੰਦਾ, ਬੰਦਾ ਤਿਆਰ ਹੁੰਦਾ ਹੈ ਨਾ ਜੀ, ਤੇ ਸਾਰੇ ਮੇਕਅਪ। ਐਕਚੁਅਲੀ ਤੁਸੀਂ ਆਉਣਾ ਸੀ ਨਾ ਇਸ ਲਈ। ਅੱਛਾ ਜੀ, ਅੱਛਾ, ਚਲੋ ਥੈਂਕ ਯੂ ਸੋ ਮਚ ਜੀ। ਕਮਾਲ ਹੈ, ਦੇਖੋ ਮੱਖੀਆਂ ਸਾਰਾ ਮੇਕਅਪ ਜੱਟੀ ਜਾਂਦੀ ਹੈ। ਨਹੀਂ, ਮੇਕਅਪ ਨਹੀਂ ਕਰਦੀ ਮੈਂ। ਅੱਛਾ, ਕੀ ਸੁਣਾਉਂਗੇ ਜੀ? ਬੋਲੀ ਸੁਣਾ ਦਿੰਦੀ ਹਾਂ। ਬੋਲੀ 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 ਆਜੋ ਜੀ। ਜੇ ਮੁੰਡੇ ਆ ਤੂੰ ਮੈਨੂੰ ਨੱਚਦੀ ਵੇਖਣਾ, ਜੇ ਮੁੰਡੇ ਆ ਤੂੰ ਮੈਨੂੰ ਨੱਚਦੀ ਵੇਖਣਾ, ਗੜਵਾ ਲੈ ਦੇ ਚਾਂਦੀ ਦਾ ਵੇ ਲੱਕ ਲੁਜੇ ਮਜ਼ਾ ਜਣ ਚਾਂਦੀ ਦਾ ਵੇ ਲੱਕ ਲੈ ਮਜ਼ਾ ਚਾਂਦੀ। ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਜੀ? ਵਧੀਆ, ਤੁਸੀਂ ਦੱਸੋ। ਕਈ ਬੰਦੇ ਇੰਨੇ ਸਿਆਣੇ ਹੁੰਦੇ ਨੇ ਜ਼ਿੰਦਗੀ ਦੇ ਵਿੱਚ, ਉਹਨਾਂ ਦਾ ਇੱਕੋ ਹੀ ਮਨੋਰਥ ਹੁੰਦਾ, ਇੱਕੋ ਹੀ ਏਮ ਹੁੰਦਾ ਕਿ ਅਸੀਂ ਦੂਜਿਆਂ ਦੀ ਸੇਵਾ ਕਰਨੀ ਹੈ, ਹਨਾ, ਕਿ ਬਹੁਤ ਕਾਈਂਡ ਹੁੰਦੇ ਨੇ, ਇਹ ਹਮੇਸ਼ਾ ਸੇਵਾ ਕਰਦੇ ਆਏ ਨੇ। ਮੈਨੂੰ ਇਹ ਤੁਸੀਂ ਸੋਚਦੇ ਹੋਵੋਗੇ ਮੈਨੂੰ ਕਿਵੇਂ ਪਤਾ, ਕਿਉਂਕਿ ਦੇਖੋ ਇਹਨਾਂ ਨੇ ਜੂਆਂ ਵਾਸਤੇ ਰਾਹ ਛੱਡਿਆ। ਇਹਨਾਂ ਨੂੰ ਇਨਾਮ ਮਿਲਣਾ ਚਾਹੀਦਾ, ਕਿਉਂਕਿ ਜਿਹੜਾ ਬੰਦਾ ਦੂਜਿਆਂ ਦੀ ਸਹਾਇਤਾ ਕਰਦਾ, ਦੂਜਿਆਂ ਦੀ ਮਦਦ ਕਰਦਾ, ਤੇ ਤਾਂ ਕਿ ਕਿਸੇ ਵੀ ਜੂ ਨੂੰ ਕੋਈ ਵੀ ਟ੍ਰੈਫਿਕ ਦੇ ਵਿੱਚ ਪ੍ਰੋਬਲਮ ਨਾ ਹੋਵੇ। ਬਕਾਇਦਾ ਚੌਂਕ ਨੇ ਜੀ ਆ, ਜਿਹੜਾ ਆਪਾਂ ਮੁੱਲਾਪੁਰ ਵਾਲਾ ਪੁਲ ਬਣ ਰਿਹਾ ਜੀ, ਇਹ ਖੱਬੇ ਬੰਨੇ ਇੱਥੋਂ। ਬਹੁਤ ਵਧੀਆ ਹੋ ਜੀ, ਤੁਸੀਂ ਲੱਕੀ ਹੋ। ਅੱਛਾ, ਲੱਕੀ ਇਸ ਕਰਕੇ ਨੇ ਜੀ ਕਿਉਂਕਿ ਸਾਰੀਆਂ ਜੂਆਂ ਇਹਨਾਂ ਦੇ ਇੱਥੇ ਐਵੇਨਿਊ ਹੈਗਾ, ਤੇ ਇਸ ਐਵੇਨਿਊ ਦਾ ਨਾਮ ਹੈ ਜੀ ਜੂ ਐਵੇਨਿਊ। ਸੋ ਜਿਹੜੇ ਲੋਕਾਂ ਦੇ ਅਸਲ 'ਚ ਜੂਆਂ ਪਈਆਂ ਨੇ, ਜੇ ਉਹ ਛੱਡਣੀਆਂ ਚਾਹੁੰਦੇ ਨੇ, ਤਾਂ ਇਹਨਾਂ ਦੇ ਕੋਠੀ ਪਾ ਬਹੁਤ ਕੋਠੀਆਂ ਇੱਥੇ ਹਨਾ ਜੀ। ਅੱਛਾ ਛੱਡੋ, ਹੋਰ ਸੁਣਾਓ ਜੀ, ਕੀ ਨਾਂ ਜੀ? ਜੈਸਮੀਨ। ਜੈਸਮੀਨ, ਮੈਂ ਮਜ਼ਾਕ ਕਰਦਾ ਪਹਿਲਾਂ ਤਾਂ, ਆ ਬਹੁਤ ਸੋਹਣਾ ਮੱਖੀ ਬਈ, ਮੱਖੀ ਨੂੰ ਚਾਹੀਦਾ ਆਪਣੇ ਘਰੇ ਜਾਵੇ, ਜੂਆਂ ਦੇ ਘਰੇ ਕਰਦੀ ਹੈ। ਚਲੋ, ਬਹੁਤ ਵਧੀਆ ਡਿਜ਼ਾਈਨ ਜੀ। ਤੇ ਪਰਿਵਾਰ 'ਚ ਕੌਣ ਕੌਣ ਹੈ ਜੀ? ਮੰਮਾ, ਡੈਡ ਤੇ ਦਾਦੂ ਹੈ। ਨਹੀਂ, ਤੁਸੀਂ ਇੱਕ ਪਰਿਵਾਰ ਛੱਡ ਕੇ ਜੀ ਜੂਆਂ ਵਾਲਾ ਜੀ। ਤੋ ਮੰਮਾ, ਡੈਡ, ਦਾਦੂ ਤੇ 350 ਜੂਆਂ ਨੇ, ਉਹ ਆਪਾਂ ਉਹਨਾਂ ਨੂੰ ਰੱਖਿਆ ਹੋਇਆ ਹੈ। ਕੋਈ ਨਹੀਂ, ਉਹ ਤਾਂ ਹੋਸਟਲ ਜਾਏ, ਇੱਥੇ ਰਹਿ ਗਈ। ਅੱਛਾ, ਇੱਥੇ? ਅੱਛਾ, ਹੋਸਟਲ ਹੀ ਰਹਿ ਜਾਂਦੀ ਹੈ? ਯੈਸ। ਅੱਛਾ, ਇੱਥੇ ਹੋਸਟਲ ਰਹੋ ਤੁਸੀਂ? ਓਕੇ, ਗਾਣਾ ਸੁਣਾਓ ਜੀ ਫਿਰ। ਲਾਲੀ ਮੇਰੀ ਪਤੇ ਰੱਖੀ ਉਹ ਬਲਾ ਝੂਲੇ ਲਾਲੜੇ ਜ਼ਿੰਦੜੀ ਦਾ ਜ਼ੇ ਬੜੇ ਦਾਸ ਦੀ ਸ਼ਾਬਾਜ ਕਰਨ ਗਈ ਕਮਾਦਮ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਅਲੀ ਦਮ ਦਮ ਦੇ ਅੰਦਰ ਹੋ ਲਾਲੀ ਮੇਰੀ ਹੋਏ ਲਾਲੀ ਮੇਰੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਵੈਸੇ ਤਾਂ ਮੈਂ ਹਾਲ ਚਾਲ ਪੁੱਛਦਾ ਚੰਗਾ ਹੀ ਲੱਗਦਾ, ਕਿਉਂਕਿ ਵਧੀਆ ਹੀ ਹੈ। ਕਿਹੜਾ ਕੋਰਸ ਕਰਦੇ ਹੋ? ਫਾਰਮੇਸੀ। ਫਾਰਮੇਸੀ, ਕਿੰਨੇ ਮੁੰਡੇ ਕਲਾਸ 'ਚ? ਕਲਾਸ 'ਚ ਹੈਗਾ 60। ਉਹ ਇਹ ਹੈ ਵੀ ਜਦੋਂ ਤੁਸੀਂ ਇੱਥੇ ਆ ਕੇ ਤਾਂ ਸਾਂਝੇ ਹੀ ਹੈ, ਤੁਸੀਂ ਘੱਟ ਹੋਣ ਦਿੰਦੇ ਇੱਧਰ। ਫੇਰ ਤਾਂ ਯਾਰ ਤੁਸੀਂ ਮੈਨੂੰ ਧੰਨਵਾਦ ਕਹੋ। ਧੰਨਵਾਦ ਭਾਈ, ਥੋੜ੍ਹਾ ਤਾਂ ਕਹਿ ਰਹੇ ਤੁਹਾਡੀ ਲਾਈਨ ਵਧੀਆ।
अच्छा ए प्रदीप दे डैडी मना कर देंदे हरदीप नूं भी इत्थे नहीं आउणा। ठीक है आवे मुंडिया अज इधर किवें गेड़ा मारी जाना तेरा कॉलेज तां उधर आ। यही मैं सोचिंदा भी बापू तेरा काम इत्थे है नहीं तू इधर की करदा दो महीने बाद ना उधरों इधर देखा मैनू खरे एक मुंडा दसदा भी शायद तेरा पापा ही है। मैं क्या मेरा पापा तो यह काम करता ही नहीं पर जो मैं कोल आके देखा हो पापा मंगली अगे जाके एवं जब कोई पऊगा आपा ऐदा दोवे दूर ठीक उधर नू कहिंदी वी उधर ही जा वी उधर उधर नू चला चल। ओ कदे मंगदी सी फोन कदे पैसे मंगदी कदे गल भी ना एक भी तू कीती ढंग दी ओ मेथों सारा सारा दिन रहिंदी खांदी सी ए ओही यादगारां जिहड़ियां इत्थे कहिंदे हां जी ओ मेथों सारा सारा दिन रहिंदी खांदी सी ਇਹ ਕਹਿ ਕੇ ਕਿ ਮੈਂ ਬਹੁ ਵੀ ਕਿਆਂ ਯਾਰੀ ਤੋੜੀ ਵੀ ਤਾਂ ਤੋੜੀ ਕੀ ਆਖ ਕੇ ਕਹਿੰਦੀ ਸੋਹਣਿਆ ਮੈਂ ਮੰਗਲੀ ਕਿਆਂ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਜੀ ਵਧੀਆ ਜੀ ਕੀ ਨਾਮ ਤੁਹਾਡਾ ਪ੍ਰਭਜੋਤ ਕੌਰ ਪ੍ਰਭਜੋਤ ਕੌਰ ਤੁਸੀਂ ਕਿਹੜੇ ਡਿਪਾਰਟਮੈਂਟ ਦੇ ਹੋ ਜੀ ਬੀਐਸਸੀ ਨਰਸਿੰਗ ਫਸਟ ਈਅਰ ਫਸਟ ਈਅਰ ਤੇ ਹਾਂਜੀ ਤੇ ਸਕੂਲ ਲਾਈਫ ਵਧੀਆ ਸੀਗਾ ਕਿ ਇਹ ਲਾਈਫ ਵਧੀਆ ਜੀ ਸਕੂਲ ਲਾਈਫ ਵਧੀਆ ਸੀ ਕਿਵੇਂ ਜੀ ਉਥੇ ਵਧੀਆ ਸੀ ਨਜ਼ਾਰੇ ਫਰੈਂਡਸ ਸੀਗੇ ਇੱਥੇ ਪਤਾ ਕੀ ਹੁੰਦਾ ਕਾਲਜ ਆ ਕੇ ਗਰੁੱਪਿੰਗ ਬਣ ਜਾਂਦੀ ਆ ਗਰੁੱਪਿੰਗ ਬਣ ਇਹ ਕਿਹੜਾ ਗਰੁੱਪ ਆ ਜਿਹੜਾ ਐ ਹਿਲਦਾ ਮਤਲਬ ਨਹੀਂ ਨਹੀਂ ਹਿਲਦਾ ਵਾ ਨੀਗਾ ਅੱਛਾ ਗਰੁੱਪ ਬਣ ਜਾਂਦੇ ਨੇ ਹਾਂਜੀ ਸਰ ਗਰੁੱਪ ਵਧੀਆ ਗਰੁੱਪਿੰਗ ਵਧੀਆ ਨਹੀਂ ਹੁੰਦਾ ਨਾ ਨੋ ਸਰ ਓਕੇ ਪਰ ਕਿਤੇ ਨਾ ਕਿਤੇ ਤਾਂ ਇਹੋ ਜਿਹਾ ਮੌਕਾ ਆਉਂਦਾ ਜਦੋਂ ਕਲਾਸ ਸਾਰਾ ਯੂਨਿਟੀ ਇਕੱਠੀ ਹੋ ਜਾਂਦੀ ਹੈ ਸਰ ਜਿੱਦਾਂ ਟੈਸਟ ਹੁੰਦਾ ਟੈਸਟ ਕੈਨਸਲ ਕਰਵਾਉਣਾ ਹੁੰਦਾ ਤਾਂ ਗਰੁੱਪ ਬਣ ਜਾਂਦਾਗਾ ਹਾਂ ਉਦੋਂ ਇਕੱਠੇ ਹੋ ਜਾਂਦੇ ਨੇ ਵੀ ਹਾਂ ਭੈਣੇ ਤੂੰ ਤਾਂ ਮੇਰੀ ਭੈਣ ਵੀ ਚੱਲ ਲੈਂਦੀ ਉਹ ਇੰਨੀਆਂ ਚੁਗਲੀਆਂ ਕਰਦੀਆਂ ਕੁੜੀਆਂ ਹਨਾ ਉਹ ਇਹ ਜੋ ਉਹ ਗਰੁੱਪ ਬਣ ਜਾਂਦਾ ਜਦੋਂ ਟੈਸਟ ਕੈਨਸਲ ਕਰਾਉਣਾ ਹਾਂ ਭੈਣੇ ਦਾ ਮੈਡਮ ਨੂੰ ਮੈਂ ਕਹਿਆ ਨਹੀਂ ਅੱਛਾ ਕਦੋਂ ਕਰਾਇਆ ਆਖਰੀ ਟੈਸਟ ਕੈਨਸਲ ਸਰ ਅੱਜ ਹੀ ਟਰਾਈ ਕੀਤਾ ਸੀ ਹਾਂਜੀ ਬਟ ਹੋਇਆ ਨਹੀਂ ਓਹੋ ਥੈਂਕ ਯੂ ਸੋ ਮਚ ਜੀ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਤੁਹਾਡਾ ਨਵਜੋਤ ਨਵਜੋਤ ਅੱਛਾ ਸਭ ਤੋਂ ਵਧੀਆ ਮੈਡਮ ਕਿਹੜੇ ਲੱਗੇ ਹੁਣ ਤੱਕ ਸਭ ਤੋਂ ਹੈ ਨਹੀਂ ਤੇਰੇ ਨੰਬਰ ਤਾਂ ਲਾ ਦਿੰਦੇ ਹੋਣਗੇ ਪਰ ਲੜਨਾ ਪਿਓ ਮੈਡਮਾਂ ਪਿੱਛੇ ਲੜਨਾ ਚਲੋ ਗਾਣਾ ਸੁਣਾਓ ਜੀ ਹੋ ਪੋਜਿਆ ਤੋ ਤੰਗ ਸਲਵਾਰ ਸੁੱਟ ਫਿੱਟ ਫੈਸ਼ਨਾਂ ਦੀ ਪੱਟੀ ਤੇਰੇ ਕਰਕੇ ਪਵਾਈ ਮੈਂ ਤਾਂ ਮੋਰਨੀ ਵੀ ਕੁੜਤੀ ਤੇ ਹਰੇ ਰੰਗ ਦੀ ਹੋ ਕਹਿੰਦਾ ਸੂਟ ਪਾ ਕੇ ਬਾਲੀ ਸੋਹਣੀ ਲੱਗਦੀ ਆ ਜਾਨ ਸਾਡੀ ਸੂਲੀ ਟੰਗ ਦੀ ਹੋ ਜਿੰਦ ਕੱਢ ਲੈ ਤੂੰ ਮੇਰੀ ਸੋਹਣਿਆ ਜਦੋਂ ਬੰਨੇ ਪਟਿਆਲਾ ਸ਼ਾਹੀ ਪੱਗ ਮੁੰਡਿਆ ਹੁੰਦੀ ਆ ਸਲਾਮ ਜੱਟੀ ਦੇ ਸਵੈਗ ਨੂੰ ਵੇ ਤੇਰੀ ਕੁੰਡੀ ਮੁਛਲਾਉਂਦੇ ਮੇਰੀ ਅੱਤ ਮੁੰਡਿਆ ਹੁੰਦੀ ਆ ਸਲਾਮ ਜੱਟੀ ਦੇ ਸਵੈਗ ਨੂੰ ਵੇ ਤੇਰੀ ਕੁੰਡੀ ਮੁਛਲਾਉਂਦੇ ਮੇਰੀ ਅੱਤ ਮੁੰਡਿਆ ਬਹੁਤ ਵਧੀਆ ਜੀ ਥੈਂਕ ਯੂ ਸੋ ਮਚ ਰੌਣਕਾਂ ਲਾਈਆਂ ਥੈਂਕ ਯੂ ਸੋ ਮਚ ਪੜ੍ਹਦੇ ਹੋ ਜੀ ਹਜੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿੰਨਾ ਟਾਈਮ ਹੋ ਗਿਆ ਵਿਆਹ ਮੈਨੂੰ 3 ਮਹੀਨੇ ਹੋ ਗਏ ਬੱਚਾ ਆ ਹੀ ਹੁੰਦਾ ਫਿਰ ਇਹ ਤਾਂ ਹਜੇ ਤਾਂ ਖੁਸ਼ਹਾਲੀ ਰਹਿਣੀ ਹੈ ਜੀ ਚਿਹਰੇ ਤੇ ਹਜੇ ਦੋ ਕੁ ਸਾਲ ਹੁੰਦੀ ਹੈ ਜੀ ਭਾਜੀ ਹੋਰੀ ਕਿੱਥੇ ਰਹਿੰਦੇ ਨੇ ਜੀ ਕੈਨੇਡਾ 'ਚ ਬੱਲੇ 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 ਸ਼ਹਿਰ ਕਿਹੜਾ ਐਡਮਿੰਟਨ ਜੀ ਸਪੈਲਿੰਗ ਕੀ ਇਹਦੇ ਉਹ ਮੈਨੂੰ ਨਹੀਂ ਨਾ ਆਉਂਦੇ ਯਾਰ ਐ ਨਹੀਂ ਇਹਨਾਂ ਨੂੰ ਤਾਂ ਆਉਂਦੇ ਹੋਣਗੇ ਚਲੋ ਠੀਕ ਹੈ ਐਡਮਿੰਟਨ ਹੈ ਜੀ ਹਾਂਜੀ ਯਾਦ ਤਾਂ ਆਉਂਦੀ ਹੋਊ ਹਾਂਜੀ ਇਹ ਵੀ ਸੋਚ ਕੇ ਦੱਸਿਆ ਵੀ ਯਾਦ ਤਾਂ ਹਾਂਜੀ ਕਰ ਹੀ ਲਈ ਜਾ ਨਹੀਂ ਤਾਂ ਕੁੜੀ ਕਹਿੰਦੀ ਯਾਦ ਹੋਰ ਮੈਂ ਤਾਂ ਮਰ ਰਹੀ ਹਾਂ ਉਹਨਾਂ ਬਿਨਾਂ ਇਹ ਨਹੀਂ ਕਹਿੰਦੀਆਂ ਇਹ ਕਹਿੰਦੀਆਂ ਯਾਦ ਹਾਂਜੀ ਹਾਂਜੀ ਕਰ ਹੀ ਲਈਦਾ ਤੇ ਤੁਸੀਂ ਕਦੋਂ ਜਾਣਾ ਜੀ ਕਾਗਜ਼ ਪੱਤਰ ਕੀ ਕਹਿੰਦੇ ਕਦੋਂ ਚੜ੍ਹਨਾ ਜਹਾਜ਼ 18-19 ਮਹੀਨੇ ਲੱਗ ਗਏ ਹਾਂਜੀ 18-19 ਇਹ 1.5 ਸਾਲ ਨਹੀਂ ਕਹਿੰਦੀਆਂ 18-19 ਮਹੀਨੇ ਲੱਗ ਗਏ ਮੈਂ ਸੋਚਿਆ ਕਿਤੇ ਕਹਿਣ ਲੱਗੀ ਵੀ 18-19 ਤਰੀਕ ਨੂੰ ਚੜ੍ਹ ਜਾਣਾ 18-19 ਮਹੀਨੇ ਚਲੋ ਇਹ ਵਧੀਆ ਜੀ ਉਹਨਾਂ ਦੀਆਂ 5 ਕੁਆਲਿਟੀਜ਼ ਕੀ ਨੇ ਤੁਹਾਡੇ ਹਸਬੈਂਡ ਸਾਹਿਬ ਦੀਆਂ ਅੱਛਾ ਵੀਕਨੈਸ ਵੀ ਦੱਸਣੀ ਹੈ ਤੇ ਵੀਕਨੈਸ 2 ਦੱਸਣੀ ਹੈ ਖੂਬੀਆਂ 5 ਦੱਸਣੀਆਂ ਪਹਿਲਾਂ ਮੈਂ ਵੀਕਨੈਸ ਦੱਸ ਦਿੰਨੀ ਆ ਪਹਿਲਾਂ ਵੀਕਨੈਸ ਆ ਪਹਿਲਾਂ ਵੀਕਨੈਸ ਗੁੱਸਾ ਬਹੁਤ ਆਉਂਦਾ ਪਤਾ ਕੀ ਜਦੋਂ ਬੰਦੇ ਦਾ ਵਿਆਹ ਹੋ ਜੇ ਫਿਰ ਗੁੱਸਾ ਹੀ ਆਉਂਦਾ
चलो अच्छा होर की गुस्सा आंदा वीरे नु होर बस बहुत छेती आंदा बहुत छेती आंदा जदों गुस्सा आंदा बहुत छेती भी आंदा ते हुण दसो जी खूबियां उहनां दीआं गल साहब दीआं सोहणे आ जी हां सोहणे बहुत ए घर वाला अगले दा चीका तुसी मारी हुण चीका मार के की फेदी लै गई अगली अच्छा सोहणे बहुत दूजे जी मेरी केयर करदे आ केयर करदे बहुत वधिया गल साहब मुबारकां अच्छा जी ਮੇਰੇ ਰਿਸਪੈਕਟ ਕਰਦੇ ਆ ਰਿਸਪੈਕਟ ਕਰ ਰਿਸਪੈਕਟ ਕਰਨੀ ਬਹੁਤ ਇੱਕ ਸਭ ਪਹਿਲੇ ਨੰਬਰ ਤੇ ਰਿਸਪੈਕਟ ਹੈ ਨਾ ਰਿਸਪੈਕਟ ਕਰਨੀ ਬਹੁਤ ਜ਼ਰੂਰੀ ਹੁੰਦੀ ਹੈ ਅੱਜ ਕੱਲ ਤੇ ਆ ਵੀ ਐ ਕਰੀਂਦੇ ਵੀ ਹਾਂ ਇਹਨੂੰ ਆਪਣੇ ਉਹਦੇ ਤਾਂ ਕਿ ਮੇਰੀ ਵੀ ਉਹ ਕਰ ਦਿੰਦਾ ਚਲੋ ਸੁਣਾਓ ਜੀ ਉਹਨਾਂ ਨੇ ਹੀ ਗਾਣਾ ਸੁਣਾਓ ਜੀ ਕੋਈ ਕੈਂਟ ਸਰਦਾਰ ਮੇਰਾ ਸੋਹਣਾ ਸਭ ਤਾਂ ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾ ਰੱਬ ਤਾਂ ਕੈਂਟ ਸਰਦਾਰ ਮੇਰਾ ਸੋਹਣਾ ਸਭ ਤਾਂ ਮੈਂ ਪੂਣੀਆਂ ਕਰਾਵਾਂ ਸੁੱਖ ਮੰਗਾ ਰੱਬ ਤਾਂ ਮੰਗਦੀ ਖੈਰ ਮੰਗਦੀ ਖੈਰ ਮੰਗਦੀ ਖੈਰ ਮੰਗਦੀ ਫੈਣ ਮੈਂ ਪੱਗਦੀ ਉਹ ਪਾਵੇ ਭੰਗੜਾ ਕਮਾਲ ਦਾ ਸੂਟ ਦਰਜੀ ਤੋਂ ਫਿੱਟ ਮੈਂ ਸਵਾਲਿਆ ਚਨਾਵੇ ਤੇਰੀ ਪੱਗ ਨਾਲ ਦਾ ਚਲੋ ਜੀ ਮੇਰਾ ਹੋ ਜੂਗਾ ਇੱਕ ਛੋਟੇ ਜਿਹੇ ਬ੍ਰੇਕ ਦਾ ਕਿਤੇ ਨਾ ਜਾਇਓ ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਚਲੋ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਸਵਾਗਤ ਹੈ ਜੀ ਕੰਟੀਨੀ ਮੰਡੀਰ ਦੇ ਵਿੱਚ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਬੱਚੇ ਬਹੁਤ ਟੈਲੈਂਟਡ ਨੇ ਅਤੇ ਨਾਲ ਦੀ ਨਾਲ ਇਹ ਕੋਪਰੇਟ ਵੀ ਪੂਰਾ ਕਰਦੇ ਨੇ ਜਿੰਨਾ ਕੁ ਘੇਰਾ ਇਹਨੂੰ ਕਿਹਾ ਗਿਆ ਉਹਨਾਂ ਕੁ ਘੇਰਾ ਹੀ ਬਣਾਇਆ ਹੋਇਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਜੀ ਮੇਰਾ ਨਾਮ ਪਵਨਦੀਪ ਕੌਰ ਹੈ ਕਾਲਜ ਕਿੱਦਾਂ ਦਾ ਕਾਲਜ ਦਾ ਵਾਤਾਵਰਨ ਬਹੁਤ ਵਧੀਆ ਕਾਲਜ ਆ ਮੈਨੂੰ 4 ਸਾਲ ਹੋ ਗਿਆ ਜੀਐਨਐਮ ਇੱਥੋਂ ਹੀ ਕੰਪਲੀਟ ਕੀਤੀ ਆ ਮੈਂ ਓਕੇ ਜੀ ਓਕੇ ਵਧੀਆ ਰਿਹਾ ਸਫਰ ਹਾਂ ਜੀ ਬਹੁਤ ਚਲੋ ਠੀਕ ਹੈ ਜੀ ਠੀਕ ਹੈ ਟੀਚਰ ਵੀ ਵਧੀਆ ਕੋਆਪਰੇਟ ਕਰਦੇ ਨੇ ਬਹੁਤ ਵਧੀਆ ਨੇ ਚਲੋ ਸੁਣਾਓ ਜੀ ਫਿਰ ਬੋਲੀ ਨੱਚ ਲੋ ਨੀ ਕੁੜੀਓ ਟੱਪ ਲੋ ਨੀ ਕੁੜੀਓ ਨੱਚ ਲੋ ਨੀ ਕੁੜੀਓ ਟੱਪ ਲੋ ਨੀ ਕੁੜੀਓ ਨੱਚਣਾ ਟੱਪਣਾ ਰਹਿ ਜਾਊਗਾ ਕੋਈ ਬੂਝੜ ਜਾ ਜੱਟ ਲੈ ਸਹੀ ਗੱਲ ਹੈ ਵੀ ਕੋਈ ਕੋਈ ਨੱਚਣਾ ਟੱਪਣਾ ਰਹਿ ਜਾਊਗਾ ਕੋਈ ਬੂਝੜ ਜਾ ਜੱਟ ਲੈ ਜਾਊਗਾ ਤੁਹਾਡੇ ਵਰਗਾ ਹੁਣ ਮੇਰੇ ਵਰਗਾ ਹਾਂਜੀ ਹਾਂ ਪੜਿਆ ਸ਼ਕੀਨ ਮੁੰਡਾ ਲੈ ਜਾਊਗਾ ਨਹੀਂ ਹੋਦੇ ਨਹੀਂ ਹੋ ਸਕਦਾ ਪੁੱਛ ਨਹੀਂ ਹੁੰਦਾ ਹੁਣ ਤਾਂ ਪੁੱਛ ਨਹੀਂ ਨਹੀਂ ਉਹ ਮੈਡਮ ਦਾ ਚੰਗੇ ਪਤ ਵਿਆਹ ਹੋ ਗਿਆ ਨਾ ਉਹਨਾਂ ਦਾ ਪੜਿਆ ਮੈਡਮ ਆ ਗਈ ਵਧੀਆ ਪੜ ਗਏ ਨਾ ਹਾਂਜੀ ਪੜੇ ਲਿਖੇ ਆ ਹਾਂਜੀ ਡਾਕਟਰ ਮਿਲ ਗਿਆ ਜੀ ਹਾਂਜੀ ਪੜਿਆ ਸ਼ਕੀਨ ਮਿਲ ਗਿਆ ਜੀ ਹੁਣ ਤਾਂ ਅੱਗੋਂ ਬੁੱਝੜੀ ਆ ਜੀ ਅਸੀਂ ਤੇ ਵੈਲਕਮ ਕਾਲਜ ਲਈ ਆਉਣ ਵਾਸਤੇ ਥੈਂਕ ਯੂ ਸੋ ਮਚ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਤੁਹਾਡਾ ਗੁਰਵਿੰਦਰ ਕੌਰ ਗੁਰਵਿੰਦਰ ਜੀ ਹਾਂਜੀ ਆ ਦਿਖਾਈ ਨੋ ਬਾਲ ਆ ਇੱਕ ਸੰਤਰੀ ਇੱਕ ਗੋਲਡਨ ਜੀ ਮੁੱਕ ਗਈ ਨਹੀਂ ਇਹ ਟ੍ਰੈਂਡ ਆ ਅੱਛਾ ਇਹ ਟ੍ਰੈਂਡ ਹੈ ਚਾਰ ਉਂਗਲਾਂ ਦੂਜੇ ਰੰਗ ਲੋ ਇੱਕ ਦੂਜੀ ਕਿੱਦਾਂ ਕਿਤੇ ਭਾਂਤ ਭਾਂਤ ਦੇ ਟ੍ਰੈਂਡ ਆ ਗਏ ਹਾਂਜੀ ਤੇ ਪਰਿਵਾਰ 'ਚ ਕੌਣ ਕੌਣ ਹੈ ਸਰ ਮੰਮੀ ਡੈਡੀ ਮੈਂ ਮੇਰੇ ਬ੍ਰਦਰ ਸਿਸਟਰ ਮੈਰਿਡ ਨੇ ਤੇ ਵੀਰਾ ਭਰਜਾਈ ਇੱਥੇ ਹੋਣਗੇ ਹੁਣ ਨਹੀਂ ਸਰ ਉਹ ਕੈਨੇਡਾ ਨੇ ਅੱਛਾ ਵੀਰਾ ਭਰਜਾਈ ਕੈਨੇਡਾ ਤੋਂ ਤੇ ਭੈਣ ਹੋਰੀ ਤੋਂ ਤੇ ਉਹ ਅਮਰੀਕਾ ਤੋਂ ਤੇ ਦੋ ਮੁਲਕ ਦਾ ਫਿਰ ਨੱਪ ਲੈ ਹਾਂਜੀ ਥੋੜਾ ਕੀ ਵਿਚਾਰ ਹੈ ਜੀ ਇੱਕ ਆਸਟ੍ਰੇਲੀਆ ਰਹਿ ਗਿਆ ਜਿੱਥੇ ਵੱਧ ਪੰਜਾਬੀ ਨੇ ਨਿਊਜ਼ੀਲੈਂਡ ਨਹੀਂ ਸਰ ਕੈਨੇਡਾ ਹੀ ਜਾਊਂ ਤੁਸੀਂ ਵੀ ਕੈਨੇਡਾ ਜਾਣਾ ਜੀ ਅੱਛਾ ਜਦੋਂ ਵੀਰਾ ਵਿਆਹਿਆ ਗਿਆ ਥੋੜਾ ਚੇਂਜ ਆਇਆ ਬਹੁਤ ਵਿਆਹੇ ਤੋਂ ਬਾਅਦ ਬਹੁਤ ਜ਼ਿਆਦਾ ਬਹੁਤ ਆਇਆ ਕਿੰਨਾ ਕੁ ਚੇਂਜ ਆਇਆ ਕਿਵੇਂ ਆਇਆ ਜਿਵੇਂ ਪਹਿਲਾਂ ਐ ਸੀ ਤੇ ਹੁਣ ਐ ਹੋ ਗਿਆ ਹਾਂ ਸੀਰੀਅਸਲੀ ਪਹਿਲਾਂ ਐ ਸੀ ਹੁਣ ਐ ਫਿਰ ਜੇ ਪਹਿਲਾਂ ਐ ਸੀ ਫਿਰ ਜਿਹੜੀ ਆਈ ਆ ਉਹ ਐ ਹੋਣਾ ਹੀ ਸੀ ਹੋਣਾ ਪੈਂਦੇ ਨੇ ਜੀ ਹਾਂਜੀ ਹੋਣਾ ਉਹ ਐ ਨੂੰ ਹੁੰਦੀ ਨਹੀਂ ਹਾਂਜੀ ਉਹ ਤਾਂ ਐ ਹੁੰਦੀ ਨਹੀਂ ਇਹਨੂੰ ਐ ਕਰਕੇ ਲੈ ਜਾ ਫਿਰ ਮਾਂ ਦਾ ਧੀ ਵੱਲ ਵੱਧ ਪਿਆਰ ਜ਼ਿਆਦਾ ਵੀ ਤੂੰ ਹੀ ਆ ਬੱਚੋ ਨਹੀਂ ਮੇਰੇ ਨਾਲ ਤਾਂ ਪਹਿਲਾਂ ਵੀ ਸੀ ਮੈਂ ਸਾਰ ਤੋਂ ਛੋਟੀ ਆ ਮੇਰੇ ਨਾਲ ਤਾਂ ਪਹਿਲਾਂ ਸਭ ਤੋਂ ਛੋਟੇ ਹੋ ਜੀ ਚਲੋ ਬਾਬਾ ਜੀ ਖੁਸ਼ ਰੱਖਣ ਸੁਣਾਓ ਜੀ ਗੀਤ ਫਿਰ ਤੇਰੀ ਮਾਰੀ ਮੈਂ ਚੜੀਆ ਕੀ ਕਰਤੇ ਤੂੰ ਦਾ ਤੜਨਾ ਕੀਤੀ ਨੀ ਪਾਸਾ ਵਟ ਕੇ ਲਾਂਗੀ ਕੋਲ ਦੀ ਪਾਸਾ ਵਟ ਕੇ ਲਾਂਗੀ ਕੋਲ ਦੀ ਮੇਰੀ ਸੀ ਕੁੱਟ ਪੀਤੀ ਲਾ ਕੇ ਤੋੜ ਗਈ ਯਾਰਾਂ ਨਾਲ ਪ੍ਰੀਤੀ ਲਾ ਕੇ ਤੋੜ ਗਈ ਸੱਜਣਾ ਨਾਲ ਪ੍ਰੀਤੀ ਲਾ ਕੇ ਤੋੜ ਬਹੁਤ ਵਧੀਆ ਥੈਂਕ ਯੂ ਸੋ ਮਚ ਜੀ ਥੈਂਕ ਯੂ ਸਾਡੇ ਕਾਲਜ ਚ ਆਉਣ ਲਈ ਥੈਂਕ ਯੂ ਇੰਨਾ ਪਿਆਰ ਇਦਾਂ ਹੀ ਕੰਡੀ ਨਿਮਡੀ ਨੂੰ ਅੱਗੇ ਲੈ ਕੇ ਜਾਂਦੇ ਰਹੋ ਤੁਹਾਡੇ ਕਰਕੇ ਆਈ ਥਿੰਕ ਇਹ ਸ਼ੋਅ ਇੰਨਾ ਫੇਮਸ ਆ ਤੁਹਾਡੇ ਕਰਕੇ ਸ਼ੋਅ ਫੇਮਸ ਹੋਇਆ ਮੇਰੇ ਕਰਕੇ ਥੋੜੀ ਹੋਇਆ ਨਹੀਂ ਤੁਹਾਡੇ ਕਰਕੇ ਹੋਇਆ ਮੈਂ ਤਾਂ ਜਾਂਦਾ ਜੰਮਿਆ ਬੋਲੀ ਜਾਣਾ ਘਰ ਦੇ ਵੀ ਦੁਖੀ ਹੋ ਗਏ ਵੀ ਕੀ ਕਿਉਂ ਰੋਲਾ ਪਾਇਆ ਰਿਸ਼ਤੇਦਾਰ ਦੁਖੀ ਹੋ ਗਏ ਨਾ ਨਹੀਂ ਤਾਂ ਫਿਰ ਐਮਐਚ ਬਾਨੇ ਦੇਖ ਲਿਆ ਵੀ ਇਹ ਬੰਦਾ ਬਹੁਤ ਬੋਲਦਾ ਇਹਨੂੰ ਲੈ ਕੇ ਆਈਏ ਉਹ ਕਹਣਾ ਜਿਹੜੀਆਂ ਚਵਲਾ ਮਾਰਦਾ ਮੈਂ ਤੁਹਾਨੂੰ ਵਧੀਆ ਲੱਗਣ ਲੱਗ ਗਿਆ ਤਾਂ ਸ਼ੋਅ ਚੱਲ ਗਿਆ ਇਹ ਵੀ ਟੈਲੈਂਟ ਹੁੰਦਾ ਹੈ ਇਹ ਤੁਹਾਡੇ ਕਰਕੇ ਚੱਲਿਆ ਨਾ ਫਿਰ ਸਾਰਾ ਕ੍ਰੈਡਿਟ ਤੁਹਾਨੂੰ ਹੈ ਸਾਡਾ ਕੁਛ ਨਹੀਂ ਹਾਂਜੀ ਹਾਂਜੀ ਦੇਖਿਆ ਸਿਆਣੀ ਗੱਲ ਚਲੋ ਵਧੀਆ ਰੌਣਕ ਮੇਲਾ ਗੱਲਾਂ ਦਾ ਥੈਂਕ ਯੂ ਸੋ ਮਚ ਜੀ ਸੋ ਬੁਲਾਉਂਦੇ ਹਾਂ ਜੀ ਅੱਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਕਮਲ ਕਮਲ ਕਿੱਥੋਂ ਬਿਲੋਂਗ ਕਰਦੇ ਹੋ ਜੀ ਰਾੜਾ ਸਾਹਿਬ ਰਾੜਾ ਸਾਹਿਬ ਤੋਂ ਕਿਹੜਾ ਇਅਰ ਹੈ ਇੱਥੇ 4th ਇਅਰ ਚੌਥਾ ਸਾਲ ਹੋ ਗਿਆ ਜੀ ਯੈਸ ਕਹਿੰਦੇ ਵੀ ਪਤਾ ਲੱਗਿਆ ਮੈਂ ਵਿਕਰੀ ਵਧੀਆ ਕਰ ਲੈਂਦੇ ਯੈਸ ਇਟਸ ਮਾਈ ਟੈਲੈਂਟ ਅੰਗਰੇਜ਼ੀ ਬੋਲਦੀ ਹੈ ਚਲੋ ਵਧੀਆ ਅੱਛਾ ਕਿਸੇ ਵੀ ਮੈਡਮ ਦੀ ਇਹ ਦੋ ਲਾਈਨਾਂ ਜੀ ਵਧੀਆ ਜੀ ਮਿਮਿਕਰੀ ਕਰਕੇ ਦਿਖਾਓ ਹੁਣ ਸਭ ਤੋਂ ਪਹਿਲਾਂ ਕਿਹੜੇ ਮੈਡਮ ਆ ਰਹੇ ਗੁਰਸੰਗੀਤ ਮੈਮ
She is not present here. Oh, so that's why I'm doing mimicry. Yes. Fourth year, तुसे बिल्कुल पढ़ते लिखते नहीं हैगे, फिर उते नकला मार मार के पास होंगे। थोड़ा मोटा पढ़िया करो, थोड़ा मोटा पढ़िया करो। देखो जे मैं थोनू टांटूंगी ना सारा सारा दिन घर बैठे नाले रोवोंगी या नाले असाइनमेंटा बनाऊंगी या नाले फिर मम्मी नू कहोंगी या गुर संगीत स्यापा कर दिया। कौन कह रहे मैडम आ रही है के? वीना मैम। वीना मैम, आ जाओ जी। गुड मॉर्निंग बैजो। बच्चे कल आप केड़ा टॉपिक कीता सी? मैनू ना क्लास दे बिच शोर बिल्कुल नहीं चाहिए। जब डिस्टर्बेंस होती है तो कंसंट्रेशन नहीं बनती बच्चे। मिस यू लॉट पीना मैम। फोर्थ ईयर किया तुसी? फोर्थ ईयर च कादे होए हो? बिल्कुल भी तुसा पढ़ना लिखना छाड़ता है बच्चे। जे तुसी ऐसा करोगे थोड़े यूनियंस की थोड़े तो की सीखेंगे। देख लो जे मैं चांसलर नू फोन करता ना, देख लो तुसी मेरा नहीं कहना मानती है ना, मैं भी वाइस चांसलर नू फोन कर देना, मैं भी थोड़ा कोई कहना नहीं मानना। बहुत बढ़िया जी, मैं थोड़ा दसना चाहना कि जेडे टीचर है प्रिंसिपल मैम वह अपने लकी महसूस कर, क्योंकि उन्होंने जिन्होंने वो मैसेज देंगे ने बच्चों, बच्चे उन्होंने बहुत वधिया तरीके ऑबजर्व करते हैं। तो जो इन्होंने अगे पढ़ाना है जी, जे इस लाइन के जाएंगे तो थोड़े तो सीखे हुए गुण थोड़े तो जिम्मे करते हो जी उमें जाके कर, तो थोड़ा नाम रोशन होगा। तो बहुत वधिया ऑबजर्व कर रहे हो। मेरी फ्रेंड है, थोड़ी बहुत ज्यादा फैन है, मैं उन्हें आगे बुलाना चाहती हूं। प्लीज बल प्लीज कम हियर। अच्छा कमाल की गल ये है भी ये अगले दंद दो टूटे ने अंग्रेजी बोलती। आ जाओ सत श्री अकाल। सत श्री अकाल, होर सुनाओ जी, ठीक ठाक जी? ऐ करो थोड़े जे दंद थलो वढ के इहनू ले लो। की नाम है तुहाडा? बलप्रीत। बलप्रीत, कित्थों बिलोंग करदे हो जी? रायकोट सहवाजपुरा। रायकोट तो ये थोड़ी बेस्ट फ्रेंड है जी। फ्रेंड बढ़िया फ्रेंड है। जी फेवरेट है। कौन? मैं। सारी क्लास की फेवरेट पता क्यों है तू? सारे का आने तू खा जाएगी। कोई भी खा सकता? सारे नहीं खा सकते। सारे ना नहीं खा सकते। लड़ना ही नहीं। अगले ने मारना है ना लड़के? क्यों जी? चलो बहुत बढ़िया, थैंक यू सो मच। तुम अगे सेल्फी लेनी थोड़ी। हाँ जी सेल्फी खिंच लो जी। तू तक कली ने पूरा नहीं होना इत्थे। ये सेल्फी है, सेल्फी। सत श्री अकाल जी। की नाम है तुहाडा? कमलप्रीत। कमलप्रीत कौर? हाँ जी। कितों जी? माछी के। मासी के? माछी के। माछी के, माछी। हाँ जी। ते की शौक नहीं थोड़े? डांसिंग एंड स्टडिंग। डांस करोगे जी गाने ते? यस। चलो करो जी धमाकेदार परफॉर्मेंस। तो बाद हुण वेला हो चुका है कि छोटे जे ब्रेक दा। ना 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 रिमोट नूं हाथ नाल लायो, की वॉचिंग कंटिन्यू मंडीर। ब्रेक तो बाद हुणे आए, मिलदे आ जी एक छोटे जे। करो जी ब्रेक तो बाद एक बार फिर स्वागत है जी कंटिन्यू मंडीर दे विच। पूरियां रौनकां लगियां होईयां ने। अगे गल्लबात करदे आए होए आं असीं रायकोट, चिट्टे कोटां नूं बुला लईए। रायकोट तो आ जाओ
ਜੇ ਕੋਈ ਸਮੇਂ ਦੇ ਨੀ ਮੈਂ ਸੱਚੀ ਜਿਹਨਾਂ ਨੂੰ ਬਿਮਾਰੀਆਂ ਲੱਗੀਆਂ ਕਿ ਤੁਸੀਂ ਕੋਈ ਡੰਮੀ ਹੁੰਦੀ ਉੱਥੇ ਨਹੀਂ ਨਹੀਂ ਰੀਅਲ 'ਚ ਹੋਸਪਿਟਲ ਜਾਂਦੇ ਹਾਂ ਅਸੀਂ ਬਰਨਾਲੇ ਸਿਵਲ ਹੋਸਪਿਟਲ ਜਦੋਂ ਸੋਹਣੀਆਂ ਕੁੜੀਆਂ ਟੀਕਾ ਲਾਉਣ ਫਿਰ ਦਰਦ ਵੀ ਨਹੀਂ ਹੁੰਦੀ ਚਲੋ ਬਹੁਤ ਵਧੀਆ ਫਿਰ ਤੁਹਾਡੇ ਸ਼ੌਂਕ ਜੀ ਸਟੱਡੀ ਤੁਹਾਡਾ ਜੀ ਮਹਿਕਮਾ ਕਿਹੜਾ GNM ਹਾਂਜੀ GNM GNM ਨਰਸਿੰਗ ਅੱਛਾ ਜੀ ਸ਼ਕਲ ਤੋਂ ਕਹਿ ਲੈਂਦੀ ਮੈਂ ਪੰਜਾਬ ਪੁਲਿਸ ਵਾਲੇ ਮੈਨੂੰ ਅੱਛਾ GNM 'ਚ ਕੀ ਕਰਾਉਂਦੇ ਆ ਜੀ ਕੀ ਸਿਖਾਉਂਦੇ ਆ ਸੇਮ ਨਰਸਿੰਗ ਵਾਂਗੂ ਟੀਕੇ ਲਗਾਉਣੇ ਤੁਸੀਂ ਵੀ ਠੀਕ ਹੈ ਸਰ ਠੀਕ ਹੈ ਤੁਹਾਡੀ ਵਰਦੀ 'ਚ ਕਿਉਂ ਵਰਕ ਹੈ ਜੀ ਫਿਰ ਕਿਉਂਕਿ ਇਹਨਾਂ ਦਾ 4 ਈਅਰ ਕੋਰਸ ਹੁੰਦਾ ਸਾਡਾ 3 ਈਅਰਸ ਠੀਕ ਹੈ ਠੀਕ ਹੈ ਠੀਕ ਹੈ ਪਰਿਵਾਰ 'ਚ ਕੌਣ ਕੌਣ ਹੈ ਜੀ ਮੰਮੀ ਪਾਪਾ ਬ੍ਰਦਰਸ ਬਾਕੀ ਫੈਮਿਲੀ ਫੋਰਨ ਬਾਕੀ ਫਿਰ ਰਹਿ ਕਿਹੜੀ ਗਈ ਫੈਮਿਲੀ ਗ੍ਰੈਂਡਫਾਦਰ ਗ੍ਰੈਂਡਮਦਰ ਅੱਛਾ ਅੱਛਾ ਦਾਦਾ ਦਾਦੀ ਜੀ ਕਹੋ ਨਾ ਵੀ ਉਹ ਬਾਹਰ ਹੈ ਅੱਛਾ ਅੱਛਾ ਕੀ ਕਰੋਗੇ ਡਿੰਪਲ ਵੀ ਕਹਿੰਦੇ ਹੈ ਠੀਕ ਹੈ ਤੁਸੀਂ ਸੁਣਾਓਗੇ ਕੁਝ ਗਾਣਾ ਸਰ ਤੁਹਾਡੇ ਫੈਨਸ ਨੇ ਤੁਸੀਂ ਜੋ ਕਿਹਾ ਉਹ ਕੀਤਾ ਜੇ ਅੱਜ ਸਟੂਡੈਂਟ ਤੁਸੀਂ ਦੇਖਣਾ ਚਾਹੁੰਦੇ ਹੋ ਸਰ ਦਾ ਭੰਗੜਾ ਇਹ ਤਾਂ ਠੀਕ ਹੈ ਇਸ ਤੱਕ ਤਾਂ ਠੀਕ ਹੈ ਵੀ ਤੁਸੀਂ ਦੇਖਣਾ ਚਾਹੁੰਦੇ ਹੋ ਸਰ ਦਾ ਭੰਗੜਾ ਕੱਲ ਹੁਣ 15 ਮਿੰਟ ਬਾਅਦ ਕਾਪੇ ਤੁਸੀਂ ਦੇਖਣਾ ਚਾਹੁੰਦੇ ਹੋ ਸਰ ਨੂੰ ਟੀਕਾ ਕਿਵੇਂ ਲਾਈਦਾ ਹੈ ਨਹੀਂ ਸਰ ਇੱਕ ਹੀ ਸ਼ਰਤ ਰੱਖੀ ਹੈ ਮੈਂ 15 ਦਾ ਠੀਕ ਹੈ ਜੀ ਪਲੀਜ਼ ਟੀਕੇ ਵਾਲੇ ਪਾਸੇ ਨਾ ਜਾਓ ਨਹੀਂ ਟੀਕਾ ਬਿਲਕੁਲ ਨਹੀਂ ਇੱਕ ਵਾਰ ਪੰਗਾ ਚਲੋ ਜਾਓ ਟੀਕੇ ਲਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਕਿਰਨਦੀਪ ਕੌਰ ਕਿਰਨਦੀਪ ਕੌਰ ਸ਼ੌਂਕ ਗਾਉਂਦੇ ਹੋ ਜੀ ਹਾਂਜੀ ਜਿਹੜੀ ਨਾਗ ਵਾਂਗੂ ਫਨ ਰਹਿੰਦੀ ਚੱਕਦੀ ਕਹਿੰਦੇ ਨੇ ਜਵਾਨੀ ਇਹਨੂੰ ਜਾਗਤਾ ਉਹ ਸਾਰਾ ਦਿਨ ਫੋਨੇ ਉੱਤੇ ਲੱਗਿਆ ਕਿਹਦੇ ਨਾਲ ਚੱਲੇ ਤੇਰਾ ਰਾਵਤਾ ਓ ਲੱਗਦਾ ਉਹ ਲੰਬਾ ਖੱਟ ਲੈਣਾ ਏ ਤੇਰੀ ਵੈਰ ਪੁਣੇ ਵਾਲੀ ਤੋਰਨੇ ਤੇਰੇ ਤੋਂ ਸਵਾ ਨੀ ਕੋਈ ਉੱਡਣੀ ਮੈਨੂੰ ਕਰਨਾ ਪੈਣਾ ਏ ਕੁਝ ਮੱਖਣਾ ਉਹ ਵੇਖੀ ਜਦੋਂ ਆ ਗਈ ਜੱਟੀ ਫੋਮ ਚੇਰ ਤੈਨੂੰ ਰਲਕੇ ਸਹੇਲੀਆਂ ਰੱਖਣਾ ਉਹ ਵੇਖੀ ਜਦੋਂ ਆ ਗਈ ਜੱਟੀ ਫੋਮ ਚੇਰ ਤੈਨੂੰ ਰਲਕੇ ਸਹੇਲੀਆਂ ਰੱਖਣਾ ਭਾਵੇਂ ਪਰਚੇ ਤੇਰੇ ਤੇ ਹੋਏ ਕਈ ਨੇ ਤੇ ਪਰਕੇ ਸੇ ਪਿਆਰਾਂ ਵਾਲੇ ਹੋਣੇ ਉਹ ਲੱਗਦਾ ਉਹ ਲੰਬਾ ਖੱਟ ਲੈਣਾ ਏ ਤੇਰੀ ਵੈਲ ਪੂਰੇ ਆਸ ਤੋਰਨੇ ਬਹੁਤ ਸੋਹਣੀ ਪੱਗ ਜੀ ਥੈਂਕ ਯੂ ਵੀਰੇ ਕੀ ਨਾਮ ਜੀ ਗੁਰਪ੍ਰੀਤ ਜੀ ਗੁਰਪ੍ਰੀਤ ਕਿੱਥੇ ਕਿੱਥੋਂ ਬਿਲੋਂਗ ਕਰਦੇ ਹੋ ਮੁੱਲਾਪੁਰੀ ਪਿੰਡ ਜਾਂਗਪੁਰ ਓਕੇ ਜੀ ਓਕੇ ਕੀ ਸ਼ੌਂਕ ਨੇ ਜੀ ਸ਼ੌਂਕ ਫੁੱਟਬਾਲ ਖੇਡਣ ਦਾ ਓਕੇ ਜੀ ਤੇ ਥੋੜਾ ਬੋਟਾ ਗਾਉਣ ਦਾ ਸੁਣਾਓ ਵੀਰੇ ਸੁਣਾਓ ਵਾਲੀ ਖੜੀ ਕਰਵਾ ਕੇ ਦਾੜੀ ਮੁੱਛ ਨੂੰ ਵਧਾ ਕੇ ਵਾਲੀ ਖੜੀ ਕਰਵਾ ਕੇ ਦਾੜੀ ਮੁੱਛ ਨੂੰ ਵਧਾ ਕੇ ਲਾਈ ਫੈਸ਼ਨਾਂ ਦੇ ਨਾਲ ਕਾਹਤੋਂ ਯਾਰੀ ਮਿੱਤਰੋ ਫੈਸ਼ਨਾਂ ਦੇ ਨਾਲ ਕਾਹਤੋਂ ਯਾਰੀ ਮਿੱਤਰੋ ਆਸ਼ਕੀ ਤਾਂ ਇੱਥੇ ਜਣਾ ਖਣਾ ਕਰਦਾ ਜੇ ਕਰਨੀ ਹੈ ਕਰੋ ਸਰੀਦਾਰੀ ਮਿੱਤਰੋ ਆਸ਼ਕੀ ਤਾਂ ਜਣਾ ਖਣਾ ਕਰਦਾ ਜੇ ਕਰਨੀ ਹੈ ਕਰੋ ਸਰੀਦਾਰੀ ਮਿੱਤਰੋ ਥੈਂਕ ਯੂ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਜੀ ਅਮਨਦੀਪ ਕੌਰ ਅਮਨਦੀਪ ਬਹੁਤ ਸੋਹਣੀ ਡਰੈਸ ਥੈਂਕ ਯੂ ਇਹ ਕਿਤੇ ਖਾਸ ਰੀਜ਼ਨ ਕੋਈ ਪਰਫਾਰਮ ਕਰਨਾ ਯੈਸ ਡਾਂਸ ਕਰੋਗੇ ਯੈਸ ਚਲੋ ਠੀਕ ਹੈ
नाले तो देखो जी बहुत वधिया नर्द है कुड़ी बहुत वधिया डांस कर गई नाले थोड़ा जिहा जिवें इहदा फायदा बहुत नाले पोचा बज जांदा नाले परिवार मेरे मामा मेरे डैड बार बार हुआ एक किड़ा लाए तुसी किथे किथे ला के आए हो लंदन हां लंदन ला के आए जी यूके हां जी मेडन हेड हां जी मेडन हेड नहीं ना नहीं पता जी मैं तो सेना तो अच्छा शहर है मेडन हेड हां जी उठे किथे को गई थी मेरे पूजी आ उठे पूजी पुआ जी आ हां पुआ जी क्या करो बाहरो जड़ी आई है पूजी कहंदे पूजी ओए पूजी किथे फूफा जी भी है क्या ओ किथे आ फूफा जी ओ भी उठे रहंदे आ ओ फूफा जी भी उठे आ टोन नहीं गई ओली अजे छोटे ब्रेक का ना रिमोट नूं हाथ नाल लायो की वॉचिंग कंटिन्यू मंडीर ब्रेक तो बाद हुणे आए मिलदे आ जी एक छोटे जे की नाम थोड़ा गुरजंट सिंह जी गुरजंट सिंह जी बहुत सोहनी पग जी थैंक यू जी ते बहुत सोहना स्वरूप सांभिया तुसी माल खोल तरक्की देवे ते कित्थों बिलोंग करदे हो जी बिलोंग वीरे पिंड मैं थोड़ा बोली पा के दसूंगा हां अच्छा कित्थों बिलोंग करदे हो बोली पा के दसो बिल्कुल बहुत वधिया आ जी ओ ताना 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 चढ़ती दे बल तुर पीजे होवे पेंट बड़ौंदी जाना ओ चढ़ती दे बल तुर पीजे होवे पेंट बड़ौंदी जाना खब्बे हत्थ दो पिंड ने इक आड़लू ते दूजा बस राम आ ओदू पिछे ताजपुर आ ओए ओदू पिछे ताजपुर आ ओदू पिछे रह कोट दा ठाणा दो को ते दो ने छन्ना ओ दो को ते दो ने छन्ना सजे हत्थ आ पिंड सखाणा कचारा कलसियां दा ओ कचारा कलसियां दा पैना बन्ने बन्ने जाना मुंडे भाणी दरेड़ा दे ओ मुंडे भाणी दरेड़ा दे सारा ताली वालां दा घराणा विच कर जवंदियां दे ओ विच कर जवंदियां दे तू की दे घर जाना नी विच कर जवंदियां दे विच ताली वाले भी आ गए जवंदे भी आ गए जी खासे पिंड भी आ गए जी मगर थाणा भी आ गया थोड़ा पिंड तुसीं कित्थे रहिंदे हो जी भाणी दरेड़ा इंडला अपना ही आ वीर जी अच्छा इंडला जी हां जी अपना ही आ ओके ओके नमस्ते अच्छा नमस्ते हिंदी हिंदी आ थोड़ा ना माइक तहां हां और तहां यहां यहां थोड़ा सा तहां यहां क्या नाम है पूजा 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 किवें अच्छा कहां से हो बंगाल से हैं बंगाल से बंगाल वेस्ट बंगाल यस कोलकाता से प्रॉपर इत्थे पढ़ना आए हो ਐਡਾ ਰਾਜ ਦਿੱਲੀ ਵੀ ਆਉਂਦਾ ਹੈ ਹੋਰ ਇੰਨਾ ਕੁਝ ਇੱਥੇ ਯਹਾਂ ਕਿਉਂ ਲਿਆ ਐਡਮਿਸ਼ਨ ਪਾਪਾ ਕੋ ਦਿੱਲੀ ਨਹੀਂ ਪਸੰਦ ਹੈ ਪਾਪਾ ਕੋ ਦਿੱਲੀ ਨਹੀਂ ਪਸੰਦ ਓਕੇ 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 ਪਾਪਾ ਕੋ ਕੀ ਪਸੰਦ ਹੈ ਮੰਮੀ ਪਸੰਦ ਹੈ ਪਾਪਾ ਕੋ ਹੈ ਹੈ ਪਸੰਦ ਪਸੰਦ ਹੋ ਯਾਰ ਤਬੀ ਵਾਹਾਂ ਦਾ ਗਾਣਾ ਸੁਣਾਓ ਕੋਈ ਅਮੀ ਸੁਦੋਈ ਚਾਏ ਤੁਮਾ ਖੇ ਤੁਮਾ ਕੇ ਚਾਏ ਚਾਏ ਤੁਮੀ ਜਾਨੋ ਨਾ ਉੱਚੀ ਉੱਚੀ आमी तुमाके कत चाए आमार भालोबाशा तुमारे आमी तुमाके चाए शुधु तुमाके चाए मम्मी कह रहे हो तू चाह मांग रही है मैं बना के दे अभी तू मांगे चाए बालू हो रहा मोते आए मैं सिर्फ तुम्हें ही चाहती हूँ तुम नहीं जानते हो कि मैं तुमसे कितना प्यार करती हूँ चुटकले ਪੰਜਾਬ ਚ ਸੈਕਿੰਡ ਆਈ ਹੈ ਜੀ ਪ੍ਰਿੰਸੀਪਲ ਠੀਕ ਹੈ ਜੀ ਠੀਕ ਹੈ ਸੈਕਿੰਡ ਪੋਜੀਸ਼ਨ ਆਈ ਹੈ ਬੱਲੇ 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 ਬਾਜੋ ਤਾੜੀਆਂ ਬਈ ਐਵੇਂ ਕਹਿੰਦੇ ਨੇ ਕੁੜੀਆਂ ਪੜ੍ਹਦੀਆਂ ਇਹ ਵੀ ਪੜ੍ਹਦੇ ਨੇ
डब्बू गुत्ता लंबड़ा दा साहूकार दी कुड़ी कढ लिया डब्बू गुत्ता लंबड़ा दा साहूकार दी कुड़ी कढ लिया कढनी सी बड़े साहब दी कढनी सी बड़े साहब दी जिहड़ा लंबियां तरीकां पावे गड्डी असीं ओह चढ़ना ਗੱਡੀ ਅਸੀਂ ਉਹ ਚੜਨਾ ਜਿਹੜੀ ਧੁਰ ਬੰਗਲੇ ਨੂੰ ਜਾਵੇ ਉੱਥੇ ਕੀ ਵਿਕਦੇ ਸ਼ਾਂਬਲਾ ਪਤਲੀਏ ਨਾਰੇ ਗੱਭਰੂ ਮੁੱਲ ਵੇਖਦੇ ਸ਼ਾਂਬਲਾ ਪਤਲੀਏ ਨਾਰੇ ਗੱਭਰੂ ਮੁੱਲ ਵੇਖਦੇ ਬਹੁਤ ਵਧੀਆ ਥੈਂਕ ਯੂ ਸੋ ਮਚ ਖੁਸ਼ ਰਹੋ ਸਤਿ ਸ਼੍ਰੀ ਅਕਾਲ ਕੀ ਨਾਮ ਤੁਹਾਡਾ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਕਿਹੜਾ ਈਅਰ ਹੈ ਜੀ ਫਸਟ ਈਅਰ ਬੀਐਸਸੀ ਫਸਟ ਈਅਰ ਵਧੀਆ ਚੱਲ ਰਹੀ ਪੜ੍ਹਾਈ ਹਾਂਜੀ ਓਕੇ ਓਕੇ ਦਿਲ ਲੱਗ ਗਿਆ ਜੀ ਕਾਲਜ ਹਾਂਜੀ ਬਹੁਤ ਵਧੀਆ ਓਕੇ ਜੀ ਕੀ ਸੁਣਾਉਂਗੇ ਜੀ ਮੈਂ ਆਪਣੇ ਫਰੈਂਡਸ ਲਈ ਸਕੂਲ ਮੇਟਸ ਲਈ ਇੱਕ ਸੌਂਗ ਗਾਉਣਾ ਚਾਹੁੰਦੀ ਹਾਂ ਜਿਹੜਾ ਸਾਡਾ ਫੇਵਰਿਟ ਸੀਗਾ ਪਲੱਸ 2 ਦੇ ਵਿੱਚ ਹਾਂਜੀ ਸਾਨੂੰ ਟੀਚਰ ਵੀ ਬੜਾ ਸਮਝਾਉਂਦੇ ਸੀ ਕਹਿੰਦੇ ਪੜ੍ਹ ਲਓ ਬੜਾ ਹੀ ਜ਼ੋਰ ਲਾਉਂਦੇ ਸੀ ਪਰ ਟੀਚਰਾਂ ਦੀ ਇੱਕ ਵੀ ਨਾ ਮੰਨੀ ਪਤਾ ਪੇਪਰਾਂ 'ਚ ਲੱਗਿਆ ਬਾਪੂ ਇੱਕ ਸਾਲ ਹੋਰ ਪੜ੍ਹ ਲੈਣ ਦੇ ਸਕੂਲ ਨਹੀਂ ਉਹ ਜਾਂਦਾ ਛੱਡਿਆ ਫਿਰ ਪੇਪਰ ਛੱਡ ਦੇਣੇ ਫਿਰ ਦਿਲਜੀਤ ਕੌਰ ਕਿੱਥੋਂ ਬਿਲੋਂਗ ਕਰਦੇ ਜੀ ਗੀਤ ਆਉਂਦਾ ਮੁੰਡੇ ਕਹਿੰਦੇ ਪਾਉਂਦੀਆਂ ਨੇ ਜੀਨਾ ਕੁੜੀਆਂ ਹੁਣ ਪੰਜਾਬੀ ਸੂਟਾਂ ਵਾਲੇ ਝੰਡੇ ਗੱਡ ਤੇ ਕਿਹੜਿਆਂ ਬ੍ਰਾਂਡਾਂ ਦੀ ਗੱਲ ਕਰਦਾ ਜੱਟੀ ਨੇ ਤਾਂ ਅੱਤ ਵਾਲੇ ਚਿੱਬ ਕੱਢਤੇ ਆ ਜੋ ਜੀ ਨਰਸ ਸੀਗੀ ਕੌਣ ਸੀ ਇਹ ਟੀਕਾ ਨਹੀਂ ਆਇਆ ਜੱਟੀ ਨੇ ਕੱਢਦਾ ਚਿੱਬ ਨਰਸ ਇਹਨੇ ਇਹ ਟੀਕੇ ਲਾਇਆ ਕਰਨੇ ਆ ਸਤਿ ਸ਼੍ਰੀ ਅਕਾਲ ਜੀ ਕੀ ਕਰ ਰਹੇ ਤੁਸੀਂ ਜੋ ਦਿਲ ਮੇ ਲੱਗੇ ਉਸੇ ਤੀਰ ਕਹਤੇ ਹੈ ਜੋ ਦਿਲ ਮੇ ਲੱਗੇ ਉਸੇ ਤੀਰ ਜੋ ਦਿਲ ਮੇ ਲੱਗੇ ਉਸੇ ਤੀਰ ਕਹਤੇ ਹੈ ਜੋ ਦਿਲ ਮੇ ਲੱਗੇ ਉਸੇ ਤੀਰ ਕਹਤੇ ਹੈ ਰਵਨੀਤ ਜੈਸੇ ਸਾਜਨ ਕੋ ਤਕਦੀਰ ਕਹਤੇ ਹੈ ਧੰਨਵਾਦ ਜੀ ਬਹੁਤ ਸਾਰਾ ਮੈਨੂੰ ਨਹੀਂ ਪਤਾ ਅੱਗੇ ਇਹ ਵੀ ਆਉਣਾ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸੋ ਹੁਣ ਅਸੀਂ ਕਰਦੇ ਹਾਂ ਜੀ ਫੈਕਲਟੀ ਦੇ ਨਾਲ ਗੱਲ ਤੇ ਡਾਇਰੈਕਟਰ ਸਾਹਿਬ ਸਾਡੇ ਨਾਲ ਨੇ ਸਰ ਕੀ ਹਾਲ ਚਾਲ ਜੀ ਬਹੁਤ ਵਧੀਆ ਤੁਸੀਂ ਸੁਣਾਓ ਠੀਕ ਠਾਕ ਚੜ੍ਹਦੀ ਕਲਾਈ ਸਰ ਆਲ ਵੈਲ ਹਾਂਜੀ ਬਹੁਤ ਵਧੀਆ ਜੀ ਕਿੰਨੇ ਚਿਰ ਤੋਂ ਸੇਵਾ ਨਿਭਾ ਰਹੇ ਹੋ ਜੀ ਇਹ ਅਸੀਂ 98 ਸ਼ੁਰੂ ਕੀਤਾ ਸੀ ਨਰਸਿੰਗ ਕਾਲਜ ਓਕੇ ਜੀ ਛੋਟਾ ਜਿਹਾ ਬੂਟਾ ਲਾਇਆ ਸੀ ਹਾਂਜੀ ਅੱਜ ਇਹ ਪੂਰਾ ਬ੍ਰਿਕਸ਼ ਬਣ ਚੁੱਕਿਆ ਬਹੁਤ ਵਧੀਆ ਤੇ ਫਲ ਸਾਡੇ ਸਾਹਮਣੇ ਸਾਰੇ ਫਲ ਤੁਹਾਡੇ ਸਾਹਮਣੇ ਤੇ ਬਹੁਤ ਵਧੀਆ ਜੀ ਬਹੁਤ ਟੈਲੈਂਟਡ ਨੇ ਜੀ ਬੱਚੇ ਹਾਂ ਠੀਕ ਹੈ ਜੀ ਥੈਂਕ ਯੂ ਬਹੁਤ ਕੋਆਪਰੇਟਿਵ ਹੈਗੇ ਨੇ ਮੈਂ ਤਾਰੀਫ ਵੈਸੇ ਹਨਾ ਇਹ ਫੁੱਲ ਜਾਣਗੇ ਪਰ ਜਿੱਥੇ ਬਣਦੀ ਹੈ ਜੀ ਉੱਥੇ ਕਰਨੀ ਵੀ ਚਾਹੀਦੀ ਹਾਂਜੀ ਠੀਕ ਹੈ ਜੀ ਤੇ ਸਰ ਪਰਿਵਾਰ 'ਚ ਕੌਣ ਕੌਣ ਨੇ ਜੀ ਪਰਿਵਾਰ 'ਚ ਸਾਰੇ ਹੈ ਜੀ ਸਾਰੇ ਹੈ ਅੱਛਾ ਤੁਸੀਂ ਸਾਰਾ ਪਰਿਵਾਰ ਹੀ ਹੈ ਇਹ ਵੀ ਪਰਿਵਾਰ ਹੈ ਜੀ ਇਹ ਪਰਿਵਾਰ ਹੈ ਤੇ ਤੁਸੀਂ ਕਿਵੇਂ ਸੋਚਿਆ ਕਿ ਸਰ ਕਿ ਐਜੂਕੇਸ਼ਨ ਫੀਲਡ ਦੇ ਵਿੱਚ ਆਪਾਂ ਜਾਣਾ ਜੀ ਕਿਉਂਕਿ ਇਹ ਹੈ ਨਾ ਮੇਰੀ ਮੈਡੀਕਲ ਲਾਈਨ ਸੀ ਮੈਂ MD ਮੈਡੀਸਨ ਹੈ ਫਿਜ਼ੀਸ਼ੀਅਨ ਹੈ ਇਸ ਰਾਏਕੋਟ ਦੇ ਵਿੱਚ ਮੈਂ ਬੜੇ ਸਾਲ ਪ੍ਰੈਕਟਿਸ ਕੀਤੀ ਆਪਣਾ ਹਸਪੀਟਲ ਹੈ ਜੀ ਤੇ ਉਸ ਤੋਂ ਬਾਅਦ ਇਹਦੇ ਨਾਲ ਐਸੋਸੀਏਟਡ ਲਾਈਨ ਸੀ ਸਾਡੀ ਨਰਸਿੰਗ ਜਿਹਦੇ ਵਿੱਚ ਨਰਸਿੰਗ ਤੋਂ ਬਗੈਰ ਵੀ ਜਿਹੜਾ ਡਾਕਟਰੀ ਦਾ ਪ੍ਰੋਫੈਸ਼ਨ ਕਾਮਯਾਬ ਨਹੀਂ ਜਾਂ ਪੂਰਾ ਨਹੀਂ ਜੀ ਜੀ ਠੀਕ ਹੈ ਨਾ ਉਹਦੇ ਕਰਕੇ ਫਿਰ ਅਸੀਂ ਨਾਲ ਐਜੂਕੇਸ਼ਨ ਸ਼ੁਰੂ ਕੀਤੀ ਹੈ ਥੈਂਕ ਯੂ ਸੋ ਮਚ ਜੀ ਵਧੀਆ ਲੱਗੇ ਗੱਲ ਕਰਕੇ ਜਿਹੜੇ ਤੁਹਾਡੇ ਹੋਰ ਵੀ ਏਮਸ ਹੈਗੇ ਨੇ ਟਾਰਗੇਟ ਹੈਗੇ ਨੇ ਉਹ ਜਲਦੀ ਪੂਰੇ ਹੋਣ ਬਿਲਕੁਲ ਠੀਕ ਹੈ ਥੈਂਕ ਯੂ ਸੋ ਮਚ ਜੀ ਥੈਂਕ ਯੂ ਥੈਂਕ ਯੂ ਪ੍ਰਿੰਸੀਪਲ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਜੀ ਠੀਕ ਹੈ ਬਿਲਕੁਲ ਥੈਂਕ ਯੂ ਤੁਸੀਂ ਵੈਸੇ ਤੁਹਾਡਾ ਸਬਜੈਕਟ ਕਿਹੜਾ ਜੀ ਪੀਡੀਆਟ੍ਰਿਕ ਨਰਸਿੰਗ ਓਕੇ ਜੀ ਓਕੇ ਜੀ ਤੇ ਕਿੰਨੇ ਚਿਰ ਤੋਂ ਬਤੌਰ ਪ੍ਰਿੰਸੀਪਲ ਇੱਥੇ ਹੋ ਜੀ ਮੈਨੂੰ 9 ਸਾਲ ਜਾ ਰਿਹਾ ਇੱਥੇ ਇੱਥੇ ਜੀ ਓਕੇ ਜੀ ਬਹੁਤ ਵਧੀਆ ਬਹੁਤ ਵਧੀਆ ਤੇ ਵੈਸੇ ਕਿੱਥੋਂ ਦੇ ਬੇਸਿਕਲੀ ਕਿੱਥੋਂ ਦੇ ਜੀ ਮੈਂ ਲੁਧਿਆਣੇ ਦੀ ਹਾਂ ਲੁਧਿਆਣੇ ਦੇ ਹੋ ਜੀ ਹਾਂਜੀ ਤੁਸੀਂ ਡਾਂਟਦੇ ਵੀ ਹੁੰਦੇ ਹੋ ਜੀ ਮੈਂ ਡਿਸਿਪਲਿਨ ਬਹੁਤ ਪਸੰਦ ਕਰਦੀ ਹਾਂ ਔਰ ਮੇਰੀ ਸੋਚ ਇਹ ਹੈ ਕਿ ਜਿਹੜੇ ਇੰਸਟੀਟਿਊਸ਼ਨ 'ਚ ਜਾਂ ਇੰਡੀਵਿਜੁਅਲ 'ਚ ਡਿਸਿਪਲਿਨ ਆ ਉਹ ਕਾਮਯਾਬ ਹੈ ਬਿਲਕੁਲ ਜੀ ਬਹੁਤ ਵਧੀਆ ਗੱਲ ਹੈ ਜੀ ਡਿਸਿਪਲਿਨ ਪੰਕਚੁਅਲਿਟੀ ਟਾਈਮ ਦੇ ਟਾਈਮ ਬਹੁਤ ਵਧੀਆ ਬਹੁਤ ਵਧੀਆ ਜਦੋਂ ਤੁਸੀਂ ਛੋਟੇ ਸੀਗੇ ਜੀ ਜਦੋਂ ਤੁਸੀਂ ਪੜ੍ਹਦੇ ਸੀਗੇ ਸ਼ਰਾਰਤਾਂ ਕਰਦੇ ਸੀ ਤੁਸੀਂ ਨਹੀਂ ਟਾਈਮ ਨਾਲ ਕਰੀ ਦੀ ਗਈ ਸੀ ਹਾਲੇ ਵੀ ਕਰਦੇ ਅੱਛਾ ਜੀ ਅੱਛਾ ਠੀਕ ਹੈ ਠੀਕ ਹੈ ਇਹਨਾਂ ਨੂੰ ਵੀ ਥੋੜ੍ਹਾ ਥੋੜ੍ਹਾ ਕਰਨ ਦਿਆ ਕਰੋ ਜੀ ਫਿਰ ਨਹੀਂ ਬਹੁਤ ਟਾਈਮ ਦੇਈਦਾ ਸੀ ਇਹਨਾਂ ਨੂੰ ਅੱਛਾ ਸ਼ਰਾਰਤਾਂ ਲਈ ਟਾਈਮ ਦਿੰਦੇ ਹੋ ਓਕੇ ਬਟ ਡਿਸਿਪਲਿਨ ਆਪਣੀ ਤਾਂ ਜੀ ਚਲੋ ਬਹੁਤ ਵਧੀਆ ਜੀ ਮੈਂ ਇਹ ਚਾਹੁੰਦੀ ਜਿਹੜੇ ਬੱਚੇ ਮੇਰੇ ਕੋਲ ਆਇਆ ਇਹ ਕਾਮਯਾਬ ਹੋ ਕਾਮਯਾਬ ਹੋ ਬਿਲਕੁਲ ਬਹੁਤ ਵਧੀਆ ਸੋਚ ਤੇ ਥੈਂਕ ਯੂ ਸੋ ਮਚ ਮੈਮ ਬਹੁਤ ਵਧੀਆ ਲੱਗੇ ਆਸ਼ੀਰਵਾਦ ਦਿਓ ਜੀ ਡਿਸਿਪਲਿਨ ਨਾਲ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਸਤਿ ਸ਼੍ਰੀ ਅਕਾਲ ਜੀ ਮੈਡਮ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸ਼ੁਭ ਨਾਮ ਜੀ ਹਰਦੀਪ ਤੇ ਕਿੰਨੇ ਸਾਲ ਤੋਂ ਇੱਥੇ ਜੀ ਮੈਨੂੰ 11 ਅਗਸਤ ਨੂੰ 2 ਸਾਲ ਹੋ ਜਾਣੇ 11 ਅਗਸਤ ਨੂੰ 2 ਸਾਲ ਵਧੀਆ ਵਧੀਆ ਲੱਗੇ ਜੀ ਕਾਲਜ ਬਹੁਤ ਵਧੀਆ ਓਕੇ ਓਕੇ ਸਭ ਤੋਂ ਵਧੀਆ ਸਟਾਫ ਦੇ ਵਿੱਚੋਂ ਤੁਹਾਡੇ ਬੈਸਟ ਫਰੈਂਡ ਕਿਹੜੇ ਬਣੇ ਸਟਾਫ ਦੇ ਵਿੱਚ ਮੇਰੇ 3 ਜਣੇ ਆ ਅਮਨ ਮੈਮ ਕੁਲਦੀਪ ਮੈਮ ਐਂਡ ਚਮਨ ਚਮਨ ਮੈਮ ਹੁਣ ਆ ਤਿੰਨੇ ਮੈਡਮਾਂ ਜੋ ਸਭ ਤੋਂ ਅੱਗੇ ਗਾਉਣੇ ਪਹਿਲੇ ਨੰਬਰ ਤੇ
अमन मैम। अमन मैम गल्लां मतलब करदे ने सारी है ना? हां जी। ते जिहड़ियां चुगलियां चुगलियां नो माड़ी माड़ी मतलब जिहड़ी सही गल आ ओह करदे आ, मतलब जिहड़ी सही गल आ ओह करदे आ, ਜਿਹੜੀ ਗਲਤ ਹੈ ਉਹਨੂੰ ਆਪਾਂ ਸਹੀ ਕਰ ਲਈਏ। ਕਰਦੇ ਹੀ ਦੀ ਹੈ, ਕਰਦੇ ਹੀ ਦੀ ਹੈ। ਚਲੋ ਠੀਕ ਹੈ ਲੋ। ਇਹ ਮੈਡਮ ਕੀ ਕਰ, ਮੈਡਮ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰ। ਤੁਸੀਂ ਕੀ ਪੜਾਉਂਦੇ ਹੋ ਜੀ? ਸਰ ਮੈਂ ਮੈਡੀਕਲ ਸਰਜੀਕਲ ਨਰਸਿੰਗ ਨਿਊਟ੍ਰੀਸ਼ਨਸ। ਓਕੇ ਜੀ ਓਕੇ। ਤੁਹਾਡਾ ਸ਼ੁਭ ਨਾਮ ਜੀ? ਅਮਨਦੀਪ ਕੌਰਵਾਲੀਆ। ਅਮਨਦੀਪ ਕੌਰਵਾਲੀਆ ਜੀ। ਹਾਂਜੀ ਸਰ। ਤੇ ਵਧੀਆ ਚੱਲ ਰਹੀ ਲਾਈਫ ਜੀ? ਹਾਂਜੀ ਸਰ ਬਿਲਕੁਲ। ਕਹਿੰਦੇ ਵੀ ਮੁੰਡੇ ਹਮੇਸ਼ਾ ਸ਼ਰਾਰਤਾਂ ਕਰਦੇ ਜੀ, ਮੁੰਡੇ ਸਾਹਮਣੇ ਔਖੇ, ਕੁੜੀਆਂ ਵੀ ਸਾਹਮਣੇ ਔਖੀਆਂ ਜੀ ਕਲਾਸ 'ਚ ਕਿ ਨਹੀਂ? ਕੁੜੀਆਂ ਮੁੰਡਿਆਂ ਤੋਂ ਵੀ ਔਖੀਆਂ ਸਾਹਮਣੀਆਂ ਜੀ। ਕੁੜੀਆਂ ਮੁੰਡਿਆਂ ਤੋਂ ਵੀ ਔਖੀਆਂ ਸਾਹਮਣੀਆਂ। ਪਰ ਸਰ ਔਖੀਆਂ ਵੀ ਨੇ ਬਟ ਮੇਰੇ ਬੱਚੇ ਕੋਆਪਰੇਟਿਵ ਨੇ। ਅੱਛਾ ਜੀ। ਹਾਂਜੀ ਸਰ। ਤੇ ਡਾਂਟਦੇ ਵੀ ਹੁੰਦੇ ਹੋ? ਸਰ ਹਾਂਜੀ ਬਹੁਤ ਰੇਅਰਲੀ। ਬਹੁਤ ਰੇਅਰ। ਹਾਂਜੀ ਬੁਲਾਏ। ਅੱਛਾ ਜਿਹੜਾ ਜਿਹੜਾ ਪਿਆਰ ਨਾਲ ਮੰਨ ਜੀ ਉਹਨੂੰ ਡਾਂਟਣ ਦੀ ਲੋੜ ਨਹੀਂ ਪੈਂਦੀ? ਹਾਂਜੀ ਸਰ ਬਿਲਕੁਲ। ਹਾਂਜੀ ਸਰ ਬਹੁਤ ਵਧੀਆ ਜੀ, ਗੋਡ ਬਲੇਸ ਯੂ ਜੀ, ਬਾਬਾ ਜੀ ਤੁਹਾਨੂੰ ਰਹਿਣ ਦੀ। ਥੈਂਕ ਯੂ ਸਰ। ਬੜੀ ਲੱਗੀ ਗੱਲ ਕਰਕੇ, ਥੈਂਕ ਯੂ ਸੋ ਮਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਸੀਂ ਵੀ ਪੜਾਉਨੇ ਹੋ ਜੀ? ਹਾਂਜੀ ਹਾਂਜੀ। ਅੱਛਾ ਤੁਹਾਨੂੰ ਤੁਹਾਡਾ ਕੀ ਨਾਮ ਹੈ ਜੀ? ਬਲਵਿੰਦਰ ਕੌਰ। ਬਲਵਿੰਦਰ ਕੌਰ, ਤੁਹਾਡਾ ਕੀ ਸਬਜੈਕਟ ਹੈ ਜੀ? ਸਰ ਮੈਂ ਇੱਧਰ ਬਾਇਓਕੈਮਿਸਟਰੀ ਪੜਾਉਣੀ ਆ ਤੇ ਬਟ ਮੇਰੇ ਫਾਰਮੈਸੀ ਚ ਪੜਾਉਣੀ ਆ ਬੇਸਿਕਲੀ। ਓਕੇ ਜੀ। ਉਹ ਦੂਜੇ ਬੰਨੇ? ਹਾਂਜੀ ਦੂਸਰੇ ਡਿਪਾਰਟਮੈਂਟ ਚ। ਓਕੇ ਜੀ ਓਕੇ ਜੀ ਓਕੇ। ਤੁਹਾਡਾ ਏਮ ਜੀ? ਸਰ ਮੈਂ ਮਾਸਟਰ ਡਿਗਰੀ ਕੀਤੀ ਹੋਈ ਆ, ਮੈਂ ਪੀਐਚਡੀ ਕਰਨੀ ਆ। ਫਰਦਰ ਪੀਐਚਡੀ ਬਹੁਤ ਔਖੀ ਹੈ ਜੀ। ਉਹ ਤਾਂ ਔਖੀ ਆ ਗਿਆ। ਹਾਂਜੀ ਹਾਂਜੀ ਹਾਂਜੀ। ਥੈਂਕ ਯੂ, ਵਧੀਆ ਲੱਗਿਆ ਗੱਲ ਕਰਕੇ, ਧੰਨਵਾਦ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੁਹਾਡਾ ਨਾਮ ਜੀ? ਡਾਕਟਰ ਮਨਪ੍ਰੀਤ। ਮਨਪ੍ਰੀਤ ਮੈਮ, ਹਾਂਜੀ। ਸਤਿ ਸ਼੍ਰੀ ਅਕਾਲ ਜੀ। ਕਿੱਥੋਂ ਬਿਲੋਂਗ ਕਰਦੇ ਹੋ ਜੀ? ਰਾਏਕੋਟ। ਰਾਏਕੋਟ ਤੋਂ, ਹਾਂਜੀ। ਤੇ ਤੁਹਾਡਾ ਕਿਹੜਾ ਸਬਜੈਕਟ ਹੈ ਜੀ? ਅਨਾਟਮੀ ਐਂਡ ਫਿਜ਼ੀਓਲੋਜੀ। ਓਕੇ ਜੀ, ਵਧੀਆ ਚੱਲ ਰਹੀ ਹੈ ਲਾਈਫ? ਹਾਂਜੀ ਵਧੀਆ। ਸ਼ੁਰੂ ਤੋਂ ਹੀ ਸੁਪਨਾ ਸੀਗਾ ਵੀ ਟੀਚਿੰਗ ਲਾਈਨ 'ਚ ਜਾਣਾ ਜੀ? ਨਹੀਂ ਜੀ, ਵੈਸੇ ਤਾਂ ਮੈਂ ਡਾਕਟਰੀ ਬਣੀ ਹੈ ਪਰ ਬਚਪਨ ਤੋਂ ਇਹੀ ਸੀਗਾ ਕਿ ਟੀਚਿੰਗ ਕਰਨੀ ਹੈ, ਤਾਂ ਪਰਮਾਤਮਾ ਨੇ ਦੋਨੇ ਸੁਪਨੇ ਪੂਰੇ ਕਰਤੇ। ਜਿਹੜੇ ਡਾਕਟਰ ਜੀ ਐਮਬੀਬੀਐਸ ਵਾਲੇ ਹੋ? ਨਹੀਂ ਜੀ, ਬੀਐਮਐਸ ਡਾਕਟਰ, ਮੇਰਾ ਕਲੀਨਿਕ ਵੀ ਹੈ। ਓਕੇ, ਬਹੁਤ ਵਧੀਆ। ਪਾਰਟ ਟਾਈਮ ਇੱਥੇ ਜੌਬ ਕਰਦੇ? ਬਹੁਤ ਵਧੀਆ, ਬਹੁਤ ਵਧੀਆ। ਜੀ ਫਾਰਮੇਸੀ ਡਿਪਾਰਟਮੈਂਟ 'ਚ, ਆਯੁਰਵੈਦਿਕ ਫਾਰਮੇਸੀ 'ਚ ਤੇ ਵਾਈਸ ਪ੍ਰਿੰਸੀਪਲ ਹਾਂ। ਉੱਥੇ ਵਾਈਸ ਪ੍ਰਿੰਸੀਪਲ ਹੋ? ਬਹੁਤ ਜ਼ਿੰਮੇਵਾਰੀਆਂ ਸਾਂਭੀ ਬੈਠੇ ਹੋ। ਹਾਂਜੀ, ਘਰ ਜਾ ਕੇ ਕਲੀਨਿਕ, ਇੱਥੇ ਵਾਈਸ ਪ੍ਰਿੰਸੀਪਲ। ਹਾਂਜੀ, ਚਲੋ ਮਾਲਕ ਤਰੱਕੀਆਂ ਨੂੰ ਭਾਗ ਲਾਵੇ। ਥੈਂਕ ਯੂ ਸੋ ਮਚ ਜੀ। ਓਕੇ ਜੀ, ਆਓ ਜੀ ਆਓ। ਹਾਂਜੀ ਪ੍ਰਿਯੰਕਾ ਮੈਮ, ਤੁਸੀਂ ਹੋ ਜੀ ਪ੍ਰਿਯੰਕਾ ਮੈਮ? ਬਹੁਤ ਫੈਨ ਫੋਲੋਇੰਗ ਹੈ ਜੀ। ਇਹ ਬੱਚੇ ਇੰਨੇ ਕਿਵੇਂ ਫੈਨ ਹੋ ਗਏ ਤੁਹਾਡੇ? ਫੈਨ ਨਹੀਂ ਹੈ ਇਹ। ਹਾਂਜੀ, ਅੱਛਾ ਇਹ ਫੈਨ ਨਹੀਂ ਹੈ, ਇਹ ਏਸੀ ਹੈ। ਤੁਸੀਂ ਡਾਂਟਦੇ ਬਹੁਤ ਹੋ? ਯੈਸ। ਅੱਛਾ ਫੜੋ ਜੀ ਮੈਡਮ, ਮੈਂ ਐਡਮਿਸ਼ਨ ਲੈ ਲਈ। ਠੀਕ ਹੈ ਜੀ। ਹਾਂਜੀ। ਕਿਆ ਨਾਮ ਹੈ ਆਪਕਾ? ਮੈਮ ਵਧੀਆ ਨਾਮ ਜੀ, ਤੁਸੀਂ ਕਹਿ ਰਹੇ ਹੋ ਕਿਆ ਨਾਮ ਹੈ ਆਪਕਾ? ਆਪਕੋ ਤਾਂ ਬਤਾਨਾ ਪੜੇਗਾ। ਹਾਂਜੀ, ਇਹ ਨਾ ਕਰੋ ਜੀ, ਆਪ ਪੁੱਛੋ ਕਿਆ ਨਾਮ ਹੈ। ਤੁਸੀਂ ਪਹਿਲਾਂ ਹੀ ਕਹਿ ਰਹੇ ਹੋ ਕਿਆ ਨਾਮ ਹੈ ਆਪਕਾ। ਚਲੋ, ਵਟਸ ਯੋਰ ਨੇਮ? ਇੰਗਲਿਸ਼ ਰਵਨੀਤ। ਰਵਨੀਤ, ਹਾਂ ਤੁਹਾਡੇ ਪਾਪਾ ਜੀ ਆਏ ਸੀ, ਉਹ ਕਹਿੰਦੇ ਕਿ ਮੁੰਡਾ ਬਹੁਤ ਸ਼ਰਾਰਤੀ। ਬੇਟਾ ਦੇਖ ਗੱਲ ਐ, ਤੂੰ ਮੇਰੇ ਹੱਥ ਆ ਗਿਆ ਬੇਟਾ, ਪਾਸ ਹੋ ਕੇ ਹੀ ਜਾਵੇਗਾ। ਮੈਡਮ ਮੇਰਾ ਪਹਿਲਾ ਦਿਨ ਹੈ ਅੱਜ। ਕੋਈ ਗੱਲ ਨਹੀਂ, ਐ ਨਾ ਕੋਈ ਸਾਲ, ਜੇ ਕੁਝ ਨਾ ਸਮਝ ਆਵੇ ਤਾਂ ਆ ਜਾਣਾ, ਲਾਇਬ੍ਰੇਰੀ ਬੈਠੋ, ਆਪਾਂ ਸਮਝਾਵਾਂਗੇ। ਫਿਰ ਨਹੀਂ ਹੈ ਤਾਂ ਫਿਰ ਮਾਰਕਸ ਤਾਂ ਅਸੀਂ ਭੇਜਣੇ ਹੈ ਨਾ, ਪਾਸ ਵੀ ਤੈਨੂੰ ਬੇਟਾ ਕਰਾਵਾਂਗੇ ਕਰਾਵਾਂਗੇ। ਅੱਛਾ ਜੀ, ਪੜ੍ਹਨ ਤਾਂ ਇਹਨਾਂ ਹੈ ਨਹੀਂ ਮੈਡਮ, ਹੱਥ ਪੈਂਦੇ ਨਾਲ ਹੀ ਨਾ ਮੈਮ। ਡਾਂਟੋ ਸਰ, ਐਕਚੁਅਲੀ ਮੈਨੂੰ ਪੰਜਾਬੀ ਪ੍ਰੋਪਰਲੀ ਨਹੀਂ। ਨਾ ਹਿੰਦੀ ਮੈਂ ਡਾਂਟੋ ਜੀ। ਕਹਾਂ ਕਹਾਂ ਸੇ ਹੋ ਆਪ? ਮੈਂ ਹਿਮਾਚਲ। ਹਾਂ ਕੱਢੋ ਗਾਲ। ਕੋਈ ਯਹਾਂ ਪੇ ਐਸੇ ਮੈਡਮ ਵੀ ਹੈ ਜੋ ਪਿਆਰ ਸੇ ਬੋਲਤੇ ਹੈ? ਮਨਵੀਰ ਮੈਡਮ ਕੋ ਲੈ ਲੋ, ਨਹੀਂ ਤੋ ਮਨਵੀਰ ਵੋ ਥੋੜਾ ਮੁੱਸੇ ਵੀ ਹਾਈ ਲੈ ਲੋ। ਕਿਆ ਜੀ, ਗੁੱਸੇ ਵਾਲੇ ਜੀ? ਉਹਨਾਂ ਨੂੰ ਸਦੋ। ਹੁਣ ਇਹ ਜਵਾਕ ਇਹਨਾਂ ਦੇ ਕੋਲੋਂ ਨਹੀਂ ਟਲਿਆ ਨਾ ਜੀ, ਸਿੱਧਾ ਨਹੀਂ। ਹੁਣ ਤੁਹਾਡੀ ਵਾਰੀ ਜੀ। ਹਾਂਜੀ ਰਵਨੀਤ, ਸਿਆਣੇ ਬਣ ਕੇ ਪੜ੍ਹਨਾ ਇੱਥੇ, ਕੋਈ ਮਿਸਟੇਕ ਨਹੀਂ ਕਰਨੀ, ਗਰਲਸ ਵੀ ਹੈਗੀਆਂ, ਕੋਈ ਸ਼ਰਾਰਤਾਂ ਨਹੀਂ ਕਰਨੀਆਂ, ਠੀਕ ਹੈ? ਨਹੀਂ ਤਾਂ ਘਰੇ ਲੈਟਰ ਪੋਸਟ ਹੋਇਆ ਨਹੀਂ ਹੈ, ਠੀਕ ਹੈ? ਅੰਡਰਸਟੈਂਡ? ਹਾਂਜੀ। ਐਨੀ ਪ੍ਰੋਬਲਮ? ਹਾਂ ਹਾਂ। ਦੈਨ ਰਾਈਟ, ਯੂ ਕੈਨ ਜੁਆਇਨ ਦਾ ਕਲਾਸ। ਥੈਂਕ ਯੂ ਸੋ ਮਚ। ਓਕੇ, ਹਾਂਜੀ, ਨਾਈਸ ਟੂ ਮੀਟ। ਚਲੋ ਜੀ, ਮੈਡਮ ਦੇ ਨਾਲ ਵੀ ਗੱਲਾਂ ਤਾਂ ਕੀਤੀਆਂ, ਸ਼ਰਾਰਤਾਂ ਕੀਤੀਆਂ, ਪੜ੍ਹਿਆ ਵੀ ਬਹੁਤ ਅਤੇ ਡਾਂਟ ਵੀ ਪਈ, ਹਿਮਾਚਲੀ ਡਾਂਟ ਵੀ ਪਈ ਸਾਨੂੰ। ਅਤੇ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ ਕਾਲਜ ਦੀਆਂ ਕੁੜੀਆਂ ਦਾ ਗਿੱਧਾ। ਆ ਜਾਓ ਜੀ। ਸਾਨੂੰ ਲੱਗਦੀ ਪਿਆਰੀ ਤੇਰੀ ਤੋਰ ਬੱਲੀ ਏ, ਸਾਨੂੰ ਲੱਗਦੀ ਪਿਆਰੀ ਤੇਰੀ ਤੋਰ ਬੱਲੀ ਏ, ਸਾਨੂੰ ਲੱਗਦੀ ਪਿਆਰੀ ਤੇਰੀ ਤੋਰ ਬੱਲੀ ਏ। ਅੰਮਾ ਨੀ ਅੰਮਾ।
की किता नियमा ती मदरी जवाई तेरा लम्मा नियमा ती मदरी जवाई तेरा लम्मा नियमा ती मदरी जवाई तेरा लम्मा थैंक्स फॉर वॉचिंग कंटिन्यू मंडीर और MH1 कंटिन्यू मंडीर के इस यूट्यूब चैनल में तुसी सब्सक्राइब करो ताकि अगले शोज की जो नोटिफिकेशन हैगी है वो थोड़ा मिलती रहे। थैंक यू सो मच।